ਖਬਰ ਪਟਿਆਲਾ ਤੋਂ ਹੈ ਜਿੱਥੇ ਕੀ ਸਕੂਲ ਜਾਂਦੇ ਬੱਚੇ ਨੂੰ ਅੱਜ ਦੋ ਮੋਟਰਸਾਈਕਲ ਸਵਾਰ ਜਿਹੜੇ ਨੇ ਅਗਵਾ ਕਰਕੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਪਟਿਆਲਾ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਸਕੂਲ ਜਾਂਦੇ 8 ਸਾਲਾਂ ਜਿਹੜੇ ਬੱਚੇ ਨੂੰ ਹੈ ਅਗਵਾ ਕੀਤਾ ਜਾਂਦਾ ਹੈ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਜਿਹਨੇ ਅਗਵਾਕਾਰ ਨੇ ਉਹਨਾਂ ਦੇ ਵੱਲੋਂ ਕਿਡਨੈਪ ਕਰ ਲਿਆ ਜਾਂਦਾ ਇੱਕ ਬੱਚੇ ਨੂੰ ਜੋ ਕਿ ਸਕੂਲ ਜਾ ਰਿਹਾ ਹੁੰਦਾ ਉਸ ਵੇਲੇ ਕਿਡਨੈਪਿਕ ਹੁੰਦੀ ਹੈ ਉਸ ਵੇਲੇ ਅਗਵਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਪੁਲਿਸ ਲਗਾਤਾਰ ਜਿਹੜੀ ਛਾਪੇਮਾਰੀ ਕਰਦੀ ਨਜ਼ਰ ਆਉਂਦੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਜਗਾ ਜਗਾ ਤੇ ਨਾਕੇਬੰਦੀ ਕੀਤੀ ਜਾਂਦੀ ਹੈ ਤਾਂ ਜੋ ਬੱਚੇ ਨੂੰ ਸਹੀ ਸਲਾਮਤ ਲੱਭਿਆ ਜਾਵੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਕਿ ਕਿਹੜੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀ ਹਾਲਾਂਕਿ ਕੱਪੜੇ ਨਾਲ ਆਪਣਾ ਮੂੰਹ ਬੰਨਿਆ ਹੁੰਦਾ ਲੇਕਿਨ ਫਿਰ ਵੀ ਸੀਸੀਟੀਵੀ ਤਸਵੀਰ ਇਸ ਦੀ ਸਾਹਮਣੇ ਆਈ ਹੈ ਜਦੋਂ ਇਹ ਦੋ ਮੋਟਰਸਾਈਕਲ ਸਵਾਰ ਬੱਚੇ ਨੂੰ ਅਗਵਾ ਕਰਕੇ ਲੈ ਕੇ ਜਾਂਦੇ ਨੇ ਪਟਿਆਲਾ ਦੇ ਥਾਣਾ ਖੇੜੀ ਗੰਡਿਆ ਦੇ ਵਿੱਚ ਇਲਾਕੇ ਦੇ ਵਿੱਚ ਇਸ ਬੱਚੇ ਨੂੰ ਅਗਵਾ ਕੀਤਾ ਜਾਂਦਾ ਜੋ ਕਿ 8 ਸਾਲਾਂ ਦਾ ਦੱਸਿਆ ਜਾ ਰਿਹਾ ਪਟਿਆਲਾ ਦੇ ਵਿੱਚ ਸਕੂਲ ਜਾਂਦਾ ਇਹ ਬੱਚਾ ਜਿਸ ਨੂੰ ਦੋ ਮੋਟਰਸਾਈਕਲ ਸਵਾਰ ਅਗਵਾ ਕਰਕੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਪੂਰੇ ਸ਼ਹਿਰ ਦੇ ਵਿੱਚ ਨਾਕੇਬੰਦੀ ਕਰਕੇ ਇਹ ਦੋ ਮੋਟਰਸਾਈਕਲ ਸਵਾਰਾਂ ਦੀ ਭਾਲ ਕਰਦੀ ਹੈ ਪੁਲਿਸ ਦਾ ਪਹਿਲਾ ਮਕਸਦ ਹੁੰਦਾ ਹੈ ਕਿ ਬੱਚੇ ਨੂੰ ਸਹੀ ਸਲਾਮਤ ਲੱਭਿਆ ਜਾਵੇ ਤੇ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇ ਹਾਲਾਂਕਿ ਜਦੋਂ ਪੁਲਿਸ ਦੇ ਲਗਾਤਾਰ ਨਾਕਬੰਦੀ ਕਰਕੇ ਇਸ ਬੱਚੇ ਨੂੰ ਲੱਭਿਆ ਜਾਂਦਾ ਤਾਂ ਸਹੀ ਸਲਾਮਤ 3 ਘੰਟੇ ਦੇ ਅੰਦਰ ਅੰਦਰ ਪਟਿਆਲਾ ਪੁਲਿਸ ਨੂੰ ਕਾਮਯਾਬੀ ਹੱਥ ਲੱਗਦੀ ਹੈ 3 ਘੰਟੇ ਦੇ ਅੰਦਰ ਅੰਦਰ ਉਹ ਬੱਚੇ ਤੱਕ ਪਹੁੰਚ ਜਾਂਦੇ ਨੇ ਤੇ ਸਹੀ ਸਲਾਮਤ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ ਹਾਲਾਂਕਿ ਜਿਹੜੇ ਦੋ ਮੋਟਰਸਾਈਕਲ ਸਵਾਰ ਨੇ ਉਹ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਦੇ ਗ੍ਰਿਫਤ ਤੋਂ ਬਾਅਦ ਬਾਹਰ ਨੇ ਜਿਹੜੇ ਦੋ ਮੋਟਰਸਾਈਕਲ ਸਵਾਰ ਨੇ ਪੁਲਿਸ ਨੇ ਹਾਲਾਂਕਿ ਇਹਨਾਂ ਦੇ ਪਛਾਣ ਬਾਰੇ ਹਜੇ ਕੋਈ ਵੀ ਖੁਲਾਸਾ ਨਹੀਂ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਸਾਡਾ ਪਹਿਲਾ ਮਕਸਦ ਬੱਚੇ ਨੂੰ ਲੱਭਣਾ ਸੀ ਤਾਂ ਜੋ ਉਸ ਦੇ ਪਰਿਵਾਰ ਵਾਲਿਆਂ ਨੂੰ ਸਹੀ ਸਲਾਮਤ ਉਹਨਾਂ ਦਾ ਬੱਚਾ ਵਾਪਸ ਕੀਤਾ ਜਾਵੇ ਸਕੂਲ ਜਾਂਦਿਆਂ ਇਹ ਜਿਹੜਾ ਇਲਾਕਾ ਦੱਸਿਆ ਜਾ ਰਿਹਾ ਹੈ ਖੇੜੀ ਗੰਡਿਆ ਇਲਾਕਾ ਹੈ ਥਾਣੇ ਦਾ ਇਲਾਕਾ ਜਿੱਥੇ ਕਿ ਇਸ ਬੱਚੇ ਨੂੰ ਅਗਵਾ ਕੀਤਾ ਜਾਂਦਾ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਜਦੋਂ ਅੱਜ ਸਵੇਰੇ ਉਹ ਬੱਚਾ ਸਕੂਲ ਵੱਲ ਜਾ ਰਿਹਾ ਹੁੰਦਾ ਦਾ ਸਕੂਲ ਜਾਂਦੇ ਇਸ ਬੱਚੇ ਨੂੰ ਅਗਵਾ ਕੀਤਾ ਜਾਂਦਾ ਦੋ ਮੋਟਰਸਾਈਕਲ ਸਵਾਰਾਂ ਨੂੰ ਵੱਡਾ ਸਵਾਲ ਹੈ ਪਟਿਆਲਾ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸਕੂਲ ਜਾਂਦੇ ਬੱਚੇ ਦੀ ਕਿਡਨਾਪਿੰਗ ਹੋਣਾ ਕਾਫੀ ਜ਼ਿਆਦਾ ਡਰ ਪੈਦਾ ਕਰ ਦਿੰਦਾ ਮਾਪਿਆਂ ਦੇ ਲਈ ਹੁਣ ਬਹੁਤ ਜ਼ਿਆਦਾ ਇਹ ਡਰ ਜੜੀ ਪੈਦਾ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਹੁਣ ਹਰੇਕ ਮਾਪਾ ਪਾਪ ਆਪਣੇ ਬੱਚਿਆਂ ਨੂੰ ਆਪ ਸਕੂਲ ਤੱਕ ਛੱਡ ਕੇ ਆਉਣਗੇ ਕਿਉਂਕਿ ਅਜਿਹੇ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋ ਗਏ ਨੇ ਇੱਕ ਪਾਸੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪੂਰੀ ਸਖਤੀ ਵਰਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਲੋੜ ਹੈ ਕਿ ਅਜਿਹੇ ਜਿਹੜੇ ਦਰਿੰਦੇ ਜਿਹੜੇ ਬੈਠੇ ਨੇ ਬੱਚਿਆਂ ਨੂੰ ਅਗਵਾ ਕਰਨ ਵਾਲੇ ਹਾਲਾਂਕਿ ਕੀ ਮਕਸਦ ਸੀ ਇਹ ਉਹਨਾਂ ਦੋਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਵੇਗਾ ਅਗਵਾਕਾਰਾਂ ਨੂੰ ਉਦੋਂ ਸਾਹਮਣੇ ਆਊਗਾ ਕਿ ਕੋਈ ਪੁਰਾਣੀ ਰੰਜਿਸ਼ ਰਹੀ ਹੋਵੇ ਫਿਲਹਾਲ ਪੁਲਿਸ ਨੇ ਇਸ ਦੇ ਮਾਮਲੇ ਦੇ ਵਿੱਚ ਕੁਝ ਵੀ ਬਿਆਨ ਨਹੀਂ ਦਿੱਤਾ ਲੇਕਿਨ ਪੁਲਿਸ ਨੇ ਇਹ ਜ਼ਰੂਰੀ ਕਿਹਾ ਕਿ ਅਮਰਦਸ ਸਾਹਮਣੇ ਕਿ ਉਹਨਾਂ ਦਾ ਪਹਿਲਾ ਮਕਸਦ ਸੀ ਬੱਚੇ ਨੂੰ ਸਹੀ ਸਲਾਮਤ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਕਰਨਾ ਤੇ ਪਟਿਆਲਾ ਪੁਲਿਸ ਨੇ 3 ਘੰਟਿਆਂ ਦੇ ਵਿੱਚ ਕਾਮਯਾਬੀ ਉਹਨਾਂ ਨੇ ਹਾਸਲ ਕੀਤੀ ਹੈ 3 ਘੰਟਿਆਂ ਦੇ ਵਿੱਚ ਨਾਕਾਬੰਦੀ ਕਰਕੇ ਪੂਰੇ ਸ਼ਹਿਰ ਦੇ ਵਿੱਚ ਇਸ ਬੱਚੇ ਨੂੰ ਲੱਭ ਲਿਆ ਜਾਂਦਾ ਹੈ ਅਤੇ 8 ਸਾਲਾ ਦਾ ਇਹ ਬੱਚਾ ਜੋ ਕਿ ਸਕੂਲ ਜਾਂਦੇ ਵਕਤ ਅਗਵਾ ਹੋ ਜਾਂਦਾ ਉਸ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਂਦਾ ਹੈ ਸਹੀ ਸਲਾਮਤ ਹਾਲਾਂਕਿ ਪੁਲਿਸ ਬਾਕੀ ਜਿਹੜੇ ਦੋ ਮੋਟਰਸਾਈਕਲ ਅਗਵਾਕਾਰ ਨੇ ਇਹਨਾਂ ਨੂੰ ਲੱਭਣ ਦੇ ਵਿੱਚ ਜੁਟੀ ਹੋਈ ਹੈ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਪਛਾਣ ਪੁਲਿਸ ਜਲਦ ਕਰ ਲਵੇਗੀ ਜਿਸ ਤੋਂ ਬਾਅਦ ਪੂਰੀ ਜਾਣਕਾਰੀ ਅਫਰਤੋ ਮਤਲਬ ਜਨਤਕ ਕੀਤਾ ਜਾਵੇਗਾ ਪੁਲਿਸ ਦੇ ਵੱਲੋਂ ਹੋ ਸਕਦਾ ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕਰੇ ਕੀ ਪਤਾ ਹੈ ਨਾ ਦੋਵੇਂ ਜਿਹੜੇ ਅਗਵਾਕਾਰ ਨੇ ਨਾ ਤੇ ਕੋਈ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹੋਣ ਸਾਰੀ ਜਾਣਕਾਰੀ ਪੁਲਿਸ ਦੇ ਲਈ ਫਿਲਹਾਲ ਜਾਂਚ ਦਾ ਵਿਸ਼ਾ ਹੈ ਬਾਕੀ ਹੋਰ ਕੀ ਕੁਝ kiya ਪੁਲਿਸ ਨੇ ਉਹ ਸੁਣਦੇ ਆਂ ਇਕ ਜੀ ਆ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਜਦੋਂ ਸਕੂਲ ਜਾ ਰਿਹਾ ਸੀਗਾ ਪੁਲਿਸ ਸਟੇਸ਼ਨ ਖੇੜੀ ਗੰਡਿਆ ਦੇ ਇਲਾਕੇ ਵਿੱਚ ਉਹ 8 ਸਾਲ ਦਾ ਬੱਚਾ ਸੀਗਾ ਜਿਹਨੂੰ ਦੋ ਮੁੰਡੇ ਨੌਜਵਾਨ ਸੀਗੇ ਜਿਹੜੇ ਸਪਲੈਂਡਰ ਮੋਟਰਸਾਈਕਲ ਤੇ ਆ ਕੇ ਉਹਨੂੰ ਲੈ ਗਏ ਸੀਗੇ ਆਪਣੇ ਨਾਲ ਸਾਨੂੰ ਇਤਲਾ ਮਿਲੀ ਇਤਲਾ ਗ੍ਰਿਨ ਤੇ ਸਾਰੀ ਟੀਮ ਐਕਟਿਵ ਹੋ ਗਈ ਸਾਡੀ ਤੇ ਅਸੀਂ ਇੱਥੋਂ ਮੋਨੀਟਰ ਕਰਕੇ ਆਪਰੇਸ਼ਨ 3 ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਸਾਡਾ ਪਹਿਲਾ ਮਕਸਦ ਹੈਗਾ ਬੱਚੇ ਦੀ ਜਾਨ ਬਚਾਈ ਉਹਦੀ ਰਾਖੀ ਕਰੀਏ ਤਾਂ 3 ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਅਸੀਂ ਸਹੀ ਸਲਾਮਤ ਰਿਕਵਰ ਕਰ ਲਿਆ ਹੈ ਬਾਕੀ ਜਿਹੜੇ ਦੋਸ਼ੀ ਆ ਉਹ ਵੀ ਦਿਲ ਫੜੇ ਜਾਣਗੇ ਇੱਕ ਜੀ ਆ